ਜਲੰਧਰ ਦੇ ਟੈਗੋਰ ਨਗਰ ਵਿੱਚ ਬੁੱਧਵਾਰ ਸਵੇਰੇ ਇੱਕ ਧਮਾਕੇ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਜਾਣਕਾਰੀ ਮੁਤਾਬਕ ਨਕੋਦਰ ਰੋਡ ਸਥਿਤ ਰਤਨੀ ਮਨੀ ਢਾਬਾ ਦੇ ਸਾਹਮਣੇ ਇੱਕ ਕਾਰ ਵਿੱਚ ਗੈਸ ਸਿਲੰਡਰ ਲੀਕੇਜ ਨੂੰ ਠੀਕ ਕਰਦੇ ਸਮੇਂ ਅੱਗ ਲੱਗ ਗਈ, ਜਿਸ ਦੇ ਕਾਰਨ 4 ਲੋਕ ਝੁਲਸ ਗਏ। ਝੁਲਸੇ ਲੋਕਾਂ ਵਿੱਚ 7 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਸੰਦੀਪ ਏਜੰਸੀ ਤੋਂ ਸਿਲੰਡਰ ਲਿਆ ਕੇ ਖਾਲੀ ਸਿਲੰਡਰ ਵਿੱਚ ਗੈਸ ਪਾ ਰਿਹਾ ਸੀ ਕਿ ਇਸੇ ਦੌਰਾਨ ਸਿਲੰਡਰ ਠੀਕ ਕਰਦੇ ਸਮੇਂ ਨੇੜੇ ਹੀ ਮਹਿਲਾ ਨੇ ਅੱਗ ਜਲਾ ਦਿੱਤੀ, ਜੋ ਕਿ ਗੈਸ ਲੀਕੇਜ ਹੋਣ ਕਰਕੇ ਸਿਲੰਡਰ ਤੱਕ ਪਹੁੰਚ ਗਈ ਅਤੇ ਪੂਰੇ ਘਰ ਵਿੱਚ ਫੈਲ ਗਈ। ਆ ਕਾਰਨ ਘਰ ਵਿੱਚ ਮੌਜੂਦ ਗੈਸ ਕਰਮਚਾਰੀ ਸਮੇਤ 4 ਲੋਕ ਝੁਲਸ ਗਏ। ਭਾਅ ਜੀ, ਸਿਲੰਡਰ ਮੁੰਡੇ ਨੇ ਰਾਤੀ ਭਰਾਇਆ ਸੀਗਾ। ਸਵੇਰੇ ਉਹ ਕਹਿੰਦਾ ਸਮੈਲ ਆਉਂਦੀ ਲੀਕ ਕਰਦਾ। ਮੈਂ ਠੀਕ ਕਰਦਾ ਪਿਆ ਸਿਲੰਡਰ ਨੂੰ, ਰਬੜ ਕੱਢ ਕੇ ਬਦਲਣਾ ਪਿਆ। ਤਾਂ ਬਾਹਰ ਇੱਕ ਜਨਾਨੀ ਨਾਲ ਹੀ ਕੁਆਟਰ ਸੀਗਾ, ਉਹਨੇ ਚੁੱਲ੍ਹਾ ਬਾਲਦਾ, ਚੁੱਲ੍ਹਾ ਬਾਲਦਾ ਨਾਲ ਹੀ ਅੱਗ ਖਿੱਚੀ ਤਾਂ ਘਰੇ ਸੀ ਸਿਲੰਡਰ ਉਹਨਾਂ ਦੇ ਮੁੰਡੇ ਦੇ। ਅੱਛਾ ਜੀ, ਸਿਲੰਡਰ ਉਹਦਾ ਮੁੰਡੇ ਦਾ ਸੀਗਾ, ਉਹਨੂੰ ਭਰਾਇਆ ਸੀ ਰਾਤੀ ਮੇਰੇ ਕੋਲ। ਅੱਛਾ, ਸਵੇਰੇ ਉਹ ਕਹਿੰਦਾ ਸਮੈਲ।